नमस्कार मैं हूं आपके साथ पायल रावत और आप देख रहे हैं प्राइम न्यूज 24 पंजाब कांग्रेस द्वारा बुलाई गई हिंदू महासभा पर शिवसेना का कड़ा विरोध शिव सैनिकों ने कहा इस हिंदू महासभा में किसी भी हिंदू संगठन को आमंत्रित नहीं किया गया शिवसेना ने 2022 के विधानसभा चुनाव से पहले कांग्रेस पार्टी द्वारा आयोजित हिंदू महासभा पर कड़ी आपत्ति जताई है शिवसेना ने कांग्रेस अध्यक्ष नवजोत सिंह सिद्धू और सीएम पर अपना गुस्सा निकाला है शिव सैनिकों का कहना था कि चुनाव से पहले ही कांग्रेस को सिर्फ हिंदुओं की याद आई पंजाब सरकार के पांच साल खत्म हो गए लेकिन हिंदुओं को कभी याद नहीं किया गया इस मौके पर शिवसेना बाल ठाकरे पंजाब के उपाध्यक्ष रमेश नैयर ने कहा कि कांग्रेस ने हिंदू महासभा बुलाई है जिसका हम विरोध करते हैं उन्होंने कहा कि पंजाब कांग्रेस के नवजोत सिंह सिद्धू ने पांच साल में हिंदुओं को याद भी नहीं किया लेकिन हिंदुओं को 2022 के विधानसभा चुनाव में वोट डालने के लिए याद दिलाया जा रहा है हिंदू महासभा का उल्लेख तक नहीं किया गया था और अन्य हिंदू संगठनों को हिंदू महासभा में आमंत्रित नहीं किया गया था उन्होंने कहा कि भारत पाकिस्तान मैच के दौरान पाकिस्तान समर्थक नारे लगाने वालों के खिलाफ कार्रवाई की जाएगी किया गया है जिसका हम विरोध करते हैं ਪ੍ਰਾਈਮ న్యూਸ 24 ਕੇ ਲਈ ਜਤਿੰਦਰ ਕੁੰਦਲ ਦੀ ਰਿਪੋਰਟ ਇਸ ਦਾ ਮਕਸਦ ਸੀ ਜਿਹੜੀ ਕੱਲ ਚੰਡੀਗੜ੍ਹ ਵਿੱਚ ਕੁਝ ਲੋਕਾਂ ਵੱਲੋਂ ਹਿੰਦੂ ਮਹਾਸਭਾ ਬੁਲਾਈ ਗਈ ਆ ਕਾਂਗਰਸੀ ਆਗੂਆਂ ਵੱਲੋਂ ਉਹਦੇ ਸਬੰਧ ਵਿੱਚ ਮੈਂ ਰੱਖੀ ਆ ਕਿਉਂਕਿ ਜਿਹੜੀ ਇਹ ਹਿੰਦੂ ਮਹਾਸਭਾ ਵਾ ਇਹ ਕਿਸੇ ਹਿੰਦੂ ਜਥੇਬੰਦੀ ਲਈ ਰੱਖੀ ਗਈ ਹੈ ਜਾਂ ਕਾਂਗਰਸੀਆਂ ਲਈ ਰੱਖੀ ਗਈ ਆ ਜਿਸ ਨੂੰ ਕਾਂਗਸੇ ਪ੍ਰਧਾਨ ਜਿਹੜੇ ਆ ਮੌਜੂਦਾ ਨਵਜੋਸ਼ ਸਿੰਘ ਸਿੱਧੂ ਨੇ ਸੰਬੋਧਨ ਕੀਤਾ ਉਹਦੇ ਸਮਝ ਰੱਖੀ ਆ ਕਿ ਇਹ ਹਿੰਦੂ ਮਹਾਸਭਾ ਇਹਨਾਂ ਨੇ ਕਿਸ ਬਕਸਦ ਨਾਲ ਬੁਲਾਈ ਆ ਕਿ ਇਲੈਕਸ਼ਨ ਆ ਗਏ ਸਾਡੇ ਪੌਣੇ ਪੰਜ ਸਾਲ ਤੇ ਇਹਨਾਂ ਨੂੰ ਯਾਦ ਨਹੀਂ ਆਇਆ ਹਿੰਦੂਆਂ ਦੇ ਬਾਰੇ ਕਿ ਪੰਜਾਬੀ ਹਿੰਦੂਆਂ ਦੇ ਬਾਰੇ ਨਾ ਕੀ ਸੋਚਿਆ ਕਿਹੜੇ ਸਮਾਜਵਾਦ ਨਾਲ ਹਿੰਦੂ ਮਹਾਸਭਾ ਬਣਾਈ ਉਹਦਾ ਮਨ ਵਿਰੋਧ ਕਰਨਾ ਕਿ ਇਹਨਾਂ ਨੂੰ ਹਿੰਦੂ ਮਹਾਸਭਾ ਅਜ ਬੁਲਾਉਣ ਦੀ ਲੋੜ ਕੀ ਪਈ ਆ ਜਦ ਕਿ ਇਲੈਕਸ਼ਨ ਨੂੰ ਸਿਰਫ 2 3 ਮਹੀਨੇ ਰਹਿ ਗਏ ਆ ਇਹਨਾਂ ਨੇ ਹਿੰਦੂਆਂ ਲਈ ਕੀ ਕੀਤਾ ਜਿਹੜੇ ਅਤਵਾਦ ਮੈਂ ਇਹਨਾਂ ਨੂੰ ਮੰਗਾ ਜੇ ਵਕਈ ਹਿੰਦੂ ਸੀ ਇਹ ਤੇ ਇਹਨਾਂ ਨੇ ਜਿਹੜੇ ਆ ਕਸ਼ਮੀਰ ਦੇ ਵਿੱਚ ਇਨੇ ਹਿੰਦੂ ਮਰੇ ਆ ਸਿੱਖ ਮਰੇ ਆ ਉਹਨਾਂ ਬਾਰੇ ਤੇ ਨਾ ਕੋਈ ਦੋ ਲਫ਼੍ਹ ਹੀ ਨਹੀਂ ਬੋਲੇਗੇ ਜੇ ਕੋ ਪਾਕਿਸਤਾਨ ਦੇ ਵਿੱਚ ਕੋ ਗੱਲ ਹੋਈਂ ਤੇ ਛੱਟ ਦ ਜਿਹੜੇ ਸੈਨਾ ਅਧਿਕਾਰੀ ਨੂੰ ਮਿਲਣਾ ਤੇ ਹਿੰਦੁਸਤਾਨ ਦੇ ਵਿੱਚ ਜੇ ਹਿੰਦੂਆਂ ਦੀ ਹੱਤਿਆ ਹੁੰਦੀ ਹੈ ਕਤਲ ਹੁੰਦੇ ਆ ਉੱਥੇ ਇਹਨਾਂ ਕੋਈ ਲਫਾ ਨਹੀਂ ਨਿਕਲਦਾ ਜਿਹਦੀ ਮੈਂ ਸਭ ਸ਼ਕਤ ਬੰਦੀਦਾ ਕਰਨਾ ਕਿ ਇਹਨਾਂ ਨੇ ਜੇ ਇੱਕ ਹਿੰਦੂਆਂ ਤੇ ਨਿਵਾਹਦੇ ਹਿੰਦੂ ਮਹਾਸਭਾ ਬਣਾਈ ਹੈ ਇਹਨਾਂ ਨੇ ਤਾਂ ਉਹਦੇ ਦਸਨ ਜਿਸ ਸ਼ਿਕਾਇਤ ਦੋਦ ਕਿਦੋਂ ਦੀ ਹੋਈ ਆ ਨੰਬਰ 2 ਤੇ ਜਿਹੜੀ ਇਹਨਾਂ ਨੇ ਕੀਤੀ ਆ ਉਹਦੇ ਵਿੱਚ ਕੀ ਜਿਹੜੇ ਪੰਜਾਬ ਦੇ ਵਿੱਚ ਅੱਤਵਾਦ ਦੇ ਦੌਰਾਨ ਹਿੰਦੂ ਮਾਰੇ ਗਏ ਉਹਨਾਂ ਬਾਰੇ ਜਿਹੜਾ 785 ਕਰੋੜ ਰੁਪਏ ਪਾਸ ਹੋਈ ਉਹਦੇ ਬਾਰੇ ਇਹਨਾਂ ਨੇ ਕਿਉਂ ਨਹੀਂ ਬੋਲਿਆ ਹੋਰ ਹਿੰਦੂਆਂ ਦੇ ਬਾਰੇ ਜੇ ਇਹਨਾਂ ਨੇ ਕੋਈ ਵਾਕਈ ਹਿੰਦੂ ਨੇ ਤਾਂ ਪੰਜਾਬ ਦੇ ਵਿੱਚ ਜਿਹੜੀ ਚੋਣਵਾਰ ਹੈ ਹਿੰਦੂਆਂ ਨੂੰ 50% ਸੀਟਾਂ ਜਿਹੜੀਆਂ ਲਾੜ ਦਿੱਤੀਆਂ ਜਾਣੀ ਚਾਹੀਦੀਆਂ ਉਹਦੇ ਬਾਰੇ ਇਹਨਾਂ ਨੂੰ ਬੋਲਣਾ ਚਾਹੀਦਾ ਸੀ ਜਿਹੜਾ ਪੰਜਾਬ ਦਾ ਹਿੰਦੂ ਮੁੱਖ ਮੰਤਰੀ ਹੋਣਾ ਚਾਹ ਜਿਹਦੇ ਤੋਂ ਪੰਜਾਬ ਦੇ ਹਿੰਦੂ ਵੰਝਿਆ ਉਹਦੇ ਬਾਰੇ ਇਹਨੇ ਇੱਕ ਵੀ ਸਵਾਲ ਨਹੀਂ ਕੀਤਾ ਗੱਲ ਕੀਤੀ ਜਾ ਕਿ ਵੀ ਦੇਖਦੇ ਹੋ ਤੁਸੀਂ ਮੈਂ ਕਹਾਂ ਜੀ ਦੱਸੋ ਇਹ ਹਿੰਦੂ ਵੀ ਦਾ ਚਿਹੜਾ ਜਿਹੜਾ ਨਾ ਕਾਂਗਰਸ ਦਾ ਨੰਗਾ ਹੋਇਆ ਵਾ ਮੈਂ ਆਹੀ ਗੱਲ ਉਹਦੀ ਪ੍ਰੈਸ ਕਾਨਫਰੈਂਸ ਕਰਕੇ ਅੱਜ ਖਬਰਾਂ ਦੀਆਂ ਖਬਰਾਂ ਵੀ ਲੱਗੀਆਂ ਸਾਡੀਆਂ ਮੈਂ ਤੇ ਆਪਣੀ ਪਾਰਟੀ ਵੱਲੋਂ ਇਸ ਕੰਮ ਦੀ ਨਿੰਦਾ ਕਰਦਾ ਕਿ ਜਿਸ ਬੰਦ ਹਿੰਦੂ ਆਲੀ ਦੇਸ਼ ਲਈ ਵਾਚੂ ਕੀ ਹੈ ਉਹਨਾਂ ਦੇ ਉੱਪਰ ਪਰਚਾ ਦਰਜ ਕਰਤਾ ਮਕਦਮਾ ਲੱਖ ਲਾਂਦਾ ਹੈ ਜੀ ਸਰਕਾਰ ਦੇ ਜਿਨੇ ਕਿ ਜਿਹੜੇ ਦੇਸ਼ ਦੇ ਹੱਕ ਜੋ ਬੋਲਦੇ ਆ ਉਹਨਾਂ ਦੇ ਉੱਪਰ ਮਕਦਮਾ ਦਰਜ ਕਰਤਾ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਪਾਕਿਸਤਾਨ ਦੇ ਜਿੰਦਾਬਾਦ ਦੇ ਨਰੋਂ ਦੇ ਖਿਲਾਫ ਕੋਈ ਗਰਵੇ ਨਹੀਂ ਕੀਤੀ ਗਈ ਇਹ ਹਿੰਦੋਸਤਾਂ ਚ ਰਾਗੇ ਤੇ ਇਹ ਕੰਮ ਹਿੰਦੂ ਦੇ ਖਿਲਾਫ ਇਹ ਕੰਮ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਮੁਸਲਮਾਨਾਂ ਸਾਨੂੰ ਕਿਉਂ ਨਹੀਂ ਸੱਦਾ ਗਿਆ ਵਾਕੀ ਇਹਨਾਂ ਨੇ ਹਿੰਦੂ ਆ ਹੀ ਹਿੰਦੂ ਆ ਤਾਂ ਬਾਹਰ ਥੋੜੀ ਇਹਨਾਂ ਨੂੰ ਸਾਨੂੰ ਕਿਉਂ ਨਹੀਂ ਸੱਦਾ ਗਿਆ ਹੋਰ ਕਿਹੜੀ ਪਾਰਟੀ ਭਾਜੀਪੀ ਦਾ ਕਿਹੜਾ ਸਦਸਾ ਇਹ ਸਿਰਫ ਕਾਂਗਰਸੀ ਜਿਹੜੇ ਟੇਬਲ ਦੇ ਉੱਪਰ ਦੇਖੋ ਘੋੜੋਂ ਪਈਆਂ ਤੁਸੀਂ ਛਾਤੀ ਮਾਰ ਲੋ ਇਹ ਕਿਹੜਾ ਹੋਰ ਪਾਰਟੀ ਦਾ ਜਾਂ ਹੋਰ ਹਿੰਦੂ ਮੋਸਾ ਦਾ ਕਿਹੜਾ ਲੀਡਰ ਆ ਮੈਂ ਤੁਹਾਡੇ ਤੁਹਾਨੂੰ ਹੀ ਜਵਾਬ ਪੁੱਛਣਾ ਮੈਂ ਦੱਸੋ ਕਿਹੜ ਤੁਹਾਡਾ ਫਤਿਹ ਸਿੰਘ ਬਾਜਵਾਰ ਹੀ ਗਏ ਆ ਇਹ ਆਪਣੇ ਤੁਹਾਡੇ ਨਫਸੂਸ ਸਿੱਧੂ ਜਿਹੜਾ ਪ੍ਰਧਾਨ ਕਾਂਗਰਸ ਦਾ ਸ਼ਹਿਰਾਂ ਵਿੱਚ ਇਹਨਾਂ ਨੂੰ ਕੋਈ ਪਾਵਰ ਹ ਹਿੰਦੂਜਖ ਦੇ ਬੋਲਦੀ ਇੱਕ ਜਿਹੜਾ ਦਸਹਰਾ ਕਮੇਟੀ ਦੇ ਵਿੱਚ ਉੱਥੇ ਪਿਛਲੇ ਦਿਨਾਂ ਵਿੱਚ ਹੋਇਆ ਕਾਂਡ ਅਗਨੀ ਕਾਂਡ ਹੋਇਆ ਸੀ ਉਹਦੇ ਬਾਰੇ ਤੇ ਇਹਨਾਂ ਕੋਈ ਸੋਚਿਆ ਨਹੀਂ ਗਿਆ ਉਹ ਤੇ ਕੀ ਹਿੰਦੂ ਨਹੀਂ ਬਰੇ ਜਾਂ ਸਿੱਖ ਨਹੀਂ ਬਰੇ ਇਹਨਾਂ ਨੇ ਹਿੰਦੂ ਮਹਾਸਭਾ ਬੁਲਾਉਂਦੀ ਅੱਜ ਇਲੈਕਸ਼ਨ ਤੋਂ ਪਹਿਲੇ ਕਿਉਂ ਲੋੜ ਪਈ ਕਿਉਂ ਨਹੀਂ ਪੰਜ ਪੌਣੇ ਪੰਜ ਸਾਲਾਂ ਨੂੰ ਹਿੰਦੂਆਂ ਬਾਰੇ ਸੋਚਿਆ ਮੇਰੀ ਬਿਲਕੁਲ ਬਾਕੀ ਸਾਰਾ ਪੰਜਾਬ ਹਿੰਦੂ ਰਹੀਦਾ ਹਿੰਦੂਆਂ ਦੀ ਆਬਾਦੀ ਪੰਜਾਬ ਦੇ ਵਿੱਚ 45% ਤੇ ਉਹਦੇ ਬੱਚ ਬਾਕੀ ਪਾਰਟੀਆਂ ਵਿੱਚ ਨਵੇਂ ਤਾਂ ਨਹੀਂ ਹਗੇ ਹੋਰ ਪਾਰਟੀਆਂ ਨਵੇਂ ਤਾਂ ਕੋਈ ਨਹੀਂ ਸੱਧਗੇ ਨਾਲੇ ਨਵਜੋਤ ਸਿੰਘ ਸਿੱਧੂ ਜਿਹੜਾ ਖਾਸ ਹੈ ਇਹ ਕਲੀਅਰ ਕਰਕੇ ਹਿੰਦੂਆ ਕੇ ਸਿੱਖ ਜਿਹੜੀ ਗੱਲ ਮੈਂ ਕਹਿੰਦਾ ਇਹ ਮਹਾਸਭਾ ਜਿਹੜੀ ਬرائی ਗਈ ਹੈ ਹਿੰਦੂ ਮਹਾਸਭਾ ਸਾਰੇ ਹਿੰਦੂਆਂ ਦੀ ਆ ਇਹ ਕਲੀਅਰ ਤੇ ਬਲੇ ਆਪਣਾ ਪੱਖ ਕਰੇ ਕਿ ਹਿੰਦੂਆ ਕੇ ਸਿੱਖ ਮੈਂ ਕਹਿੰਦਾ ਇਹ ਤੁਸੀਂ ਆਪ ਸਿਆਣੇ ਜੀ ਤੁਸੀਂ ਆ ਵੀ ਮੇਰੀ ਗੱਲ ਦਾ ਜਵਾਬ ਦੇਤਾ ਕਿ ਜੇ ਉੱਥੇ ਵਾਕਈ ਇਹ ਹਿੰਦੂਵਜਤ ਦੇਸ਼ਪ੍ਰੇਮੀ ਆ ਤੇ ਇਹ ਜਿਹੜੇ ਕਸ਼ਮੀਰ ਵਜੇ ਨੇ ਲੋਕ ਹਿੰਦੂ ਮਰਿਆ ਸਿੱਖ ਮਰਿਆ ਉਹਨਾਂ ਲਈ ਉਹ ਨਹੀਂ ਗੱਲ ਖੀਂ ਪੂਰੀ ਦਾ ਕਾਂਡ ਦੀ ਨਿੰਦਾ ਕਰਦੇ ਆ ਉੱਥੇ ਦੇ ਕਿੰਨੇ ਦਿਨ ਸਿੱਧੂ ਸਾਹ ਜਗ ਕੇ ਧਰਨਾ ਲਾ ਕੇ ਬਹਿ ਕੇ ਸਾਰੇ ਐਮਐਲਏ ਲਾ ਕੇ ਸਾਰੀ ਕੈਬਨਿਟ ਟੀਮ ਲਾ ਕੇ ਤੇ ਇੱਛਾ ਕਿਉਂ ਨਹੀਂ ਗਿਆ ਜਾ ਜਾਂਦਾ ਜੀ ਜੇ ਇਹ ਵਾਕਈ ਦੇਸ਼ਪ੍ਰੇਮੀ ਨੇ ਤਾਂ ਉੱਥੇ ਜਾ ਕੇ ਉਹਨਾਂ ਕਸ਼ਮੀਰੀਆਂ ਦਾ ਹਾਲ ਤੇ ਪਤਾ ਕਰ ਕੀ ਹੋ ਰਿਹਾ ਹਿੰਦੂਆਂ ਸਿੱਖਾਂ ਨੂੰ ਕਿੱਦਾਂ ਮਾਰਿਆ ਜਾ ਰਿਹਾ ਪਾਕਿਸਤਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਕੀ ਆ ਉਹ ਉੱਥੇ ਦੇ ਦੋ ਲਫਜ਼